آبائه الطاهرين المعصومين في هذه الساعة وفي كل ساعة وليا وحافظا وناصرا وقائدا ودليلا وعينا حتى تسكنه أرضك طوعا وتمتعه فيها طويلا يا مقلب القلوب ثبت قلوبنا على دينك بحق دم المظلوم اللهم افعل بنا ما انت اهله ولا تفعل بنا ما نحن اهله اللهم صل على محمد وآل محمد وعجل فرج آل محمد أعوذ بالله من الشيطان اللعين الرجيم بسم الله الرحمن الرحيم الحمد لله رب العالمين والعاقبة للمتقين والجنة للمطيعين والنار للمعاندين والصلاة والسلام على سيد الأنبياء والمرسلين الذي قال سبحانه في شانه وما أرسلناك إلا رحمة للعالمين والصلاة والسلام على جميع أئمة الطاهرين المعصومين ولعنة الله على أعدائهم الملعونين من يوم عداوتهم إلى يوم الدين بجمع رب اشرح لي صدري ويسر لي امري واحلل عقدة من لساني يفقه قولي اما بعد فقد قال رسول الله صلى الله عليه وآله وسلم حب علي عباده صلوات پڑھو اللہ اللہ خالق کائنات بحق محمد و آل محمد تساں تمام مومنین و مومنات دا اس پاک مجلس تو رایا قبول فرمائے بانیان مجلس میرے عزیزاں مختار حسین امتیاز حسین انہاں دی اے اج دی محنت نوکری خرچ اخراجات اے سارا اہتمام آل محمد دے دربار قبول انہاں دے مرحومین خصوصاً مرحوم بھائی مشتاق حسین اور انہاں دے بزرگ خالق انہاں نوں اعلیٰ علیین اس مقام عطا فرمایا اور انہاں دے رزق و مال وچ خالق برکت عطا فرمائے قیامت دے دن احکم الحاکمین بے نیاز بادشاہ ہر مومن نو لوائے حمد دی چھاں نصیب مریے حسین حسین کر دے اور اٹھے لیے علی علی میرے محترم سامعین لکھ حمدن اس بے نیاز خالق دے جس میں ناچیز نو میں گناہگار نو مظلوم کربلا دی ذاکری دی ایک تاریخ بنا دیتا ہے اتنا لمبا عرصہ کئی مداح خان نو نہیں ملیا نہ متقدمین نہ متاخرین جتنا لمبا عرصہ بہن بھراواں مینوں ادا یعنی تواڑیاں دعائیں کرم نوازی لجپالاں دی رہی
ਤਾਂ ਇਹ ਮੁਹੱਰਮ ਜਿਹੜਾ ਆ ਰਿਹਾ ਇਹ ਮੈਂ 68ਵਾਂ ਮੁਹੱਰਮ ਪੜ੍ਹਨਾ। 68 ਸਾਲ ਹੋ ਗਏ ਲਹਿਰਾ ਦੇ ਚੰਨ ਦੀ ਨੌਕਰੀ ਵਿੱਚ। ਇਹ ਗੱਲ ਮੈਂ ਅਕਸਰ ਕਰਦਾ ਰਹਿਣਾ, ਮੇਰੀ ਕੌਮ ਦੇ ਬੱਚੇ ਵੀ ਉਹਨੂੰ ਯਾਦ ਏ ਲੱਭ। ਅਤੇ ਉਸ ਪਾਕ ਖਾਨਦਾਨ ਦਾ ਇੱਕ ਅਸੂਲ ਹੈ, ਇੱਕ ਮਾਮੂਲ ਹੈ ਕਿ ਅਗਰ ਬੰਦੇ ਦੇ ਵਿੱਚ ਅਖੀਰ ਤੱਕ ਬੰਦਿਆਈ ਰਹੇ, ਛੇਕਣ ਤਾਈਂ ਬੰਦਾ ਬੰਦੇ ਦਾ ਪੁੱਤਰ ਰਹੇ, ਤਾਂ ਉਹ ਲਜਪਾਲ ਕਬਰ ਦੀਆਂ ਕੱਦਾਂ ਤਾਈਂ ਦੇਂਦੇ ਰਹਿੰਦੇ ਨੇ, ਖਸੇਂਦੇ ਨੇ। ਜਿਹੜੀ ਗੱਲ ਮੈਂ ਉੱਚੀ ਆਵਾਜ਼ ਨਾਲ ਕਰ ਸਕਣਾ ਬਰਥਰੇ ਮੈਂਬਰ ਸਪੀਕਰ, ਕਿ ਮੈਂ ਨੌਕਰੀ ਹੁਸੈਨ ਸ਼ਾਹ ਦੀ ਬੇਦਾਗ ਕੀਤੀ ਹੈ। ਇਸ ਜ਼ਾਕਰੀ ਦੀ ਪਾਕੀਜ਼ਾ ਚਾਦਰ 'ਤੇ ਮੈਂ ਕਈ ਪਲੀਤ ਛਿੰਡਕ ਨਹੀਂ ਪਾਉਣ ਪੀਆ, ਤਾਂ ਉਹਨਾਂ ਦੀ ਲਜਬਾਲੀ ਇਹ ਵਰਨਾ 86 ਸਾਲ ਦਾ ਬੰਦਾ ਤਾਂ ਘਰ ਵਾਲੇ ਹੀ ਨਹੀਂ ਪਾਉਂਦੇ। ਉਹ ਵੀ ਉਹ ਡਰ ਬਹਿ ਕਿਹਾ ਜੈਨ ਉਹਨੇ ਇਸ ਬਲਾਂ ਨੂੰ ਮਗਰੋਂ ਲਾ। ਮੈਂ ਰੋਜ਼ ਮਜਲਸਾਂ ਹੀ ਪੜ੍ਹ ਰਿਹਾ ਸਫ਼ਰ ਆਏ ਇਮਾਮ ਬਾਰਗਾਹ, ਇਸ ਦੀ ਬੁਨਿਆਦ ਮੈਂ ਆਪਣੇ ਹੱਥਾਂ ਨਾਲ ਰੱਖੀ। ਇਹ ਖੁੱਲ੍ਹੀ ਜਾ ਆਈ, ਅੱਲਾ ਕਰਵਟ ਕਰਵਟ ਜੰਨਤ ਨਸੀਬ ਕਰੇ ਭਾਈ ਮੁਸ਼ਤਾਕ ਹੁਸੈਨ ਇਹਨਾਂ ਦੇ ਵਾਲਿਦ ਵੱਲੋਂ। ਉਹਨਾਂ ਫਰਮਾਇਆ ਕੁਝ ਮੇਰੇ ਨਾਲ ਮੁਹਰਮ ਦਾ ਤਾਉਣ ਤੂੰ ਕਰ, ਅਤੇ ਬਾਕੀ ਮੋਮਿਨੀਨ ਨੂੰ ਅਤੇ ਮੈਂ ਇਮਾਮ ਬਾਰਗਾਹ ਬਣੇ ਨਾ। ਜਾ ਇਹ ਹਾਈ ਥੋੜ੍ਹੀ ਆਈ, ਕਈ ਮਾਈ ਦੇ ਨਾਂ ਹਾਈ ਬਦ ਅਲਹਮਦੁਲਿਲਾ ਮੋਮਿਨੀਨ ਨੇ ਤਾਵਨ ਕੀਤਾ, ਮੁਹੱਲੇ ਦੇ ਲੋਕਾਂ ਨੇ ਇਹ ਵਤ ਜਾ ਬਣ ਗਈ। ਬਦ ਮੈਂ ਇੱਥੇ ਖੁੱਲ੍ਹੀ ਜਾ 'ਤੇ ਹੀ ਪੜ੍ਹਦਾ ਰਿਹਾ, ਯਾਨੀ ਕਨਾਤ ਲੱਗਦੀ ਆਈ, ਇੱਥੇ ਜਾ ਖਾਲੀ ਆਈ ਪਿੱਛੋਂ। ਬਦ ਇਹ ਤਸਾੜੀਆਂ ਮਦਦਾਂ ਨਾਲ ਅਤੇ ਤਾਵਨ ਪਾਕਾਂ ਦੇ ਨਾਲ ਅੱਜ ਹੁਣ ਇੱਕ ਬੇਮਿਸਾਲ ਇਮਾਮ ਬਾਰਗਾਹ ਬਣ ਗਈ। ਇਹ ਤਾਂ ਮੇਰੀ ਬਦ ਖੁਸ਼ਕਿਸਮਤੀ ਹੈ ਕਿ ਜਦੋਂ ਇਹ ਚਟੀਅਲ ਮੈਦਾਨ ਆ ਉਸੇ ਵੀ ਮੈਂ ਪੜ੍ਹਦਾ ਰਿਹਾ, ਅਤੇ ਜਦੋਂ ਅੱਜ ਕਰਬਲਾ ਬਣਿਆ ਖਲਾ ਤਾਂ ਹੀ ਮੈਂ ਪੜ੍ਹਦਾ ਪੜ੍ਹਦਾ। ਮੇਰੀ ਕਿਸਮਤ ਅੱਲਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਨਰਾਜ਼ ਕਰੇ। ਅਜਰ ਦਿੱਤਾ ਹੈ ਮੌਲਾ ਨੇ ਮੁਖਤਾਰ ਹੁਸੈਨ ਨੂੰ, ਮੌਲਾ ਨੇ ਬੜਾ ਅੱਛਾ ਵੱਡਾ ਸਾਰਾ ਮਕਾਮ ਦਿੱਤਾ ਹੈ, ਔਰ ਇਮਤਿਆਜ਼ ਹੁਸੈਨ ਦਾ ਸ਼ੀਆ ਦੁਨੀਆ 'ਚ ਇੱਕ ਬੜਾ ਮਕਾਮ ਹੈ, ਇਹ ਉਹਨਾਂ ਦੀ ਲਜਪਾਲੀ ਹੈ। ਮੈਂ ਇੱਕ ਫਰਮਾਨ ਪੜ੍ਹਿਆ ਹੈ, ਥੋੜ੍ਹਾ ਜਿਹਾ ਵਕਤ ਇਹਦੇ ਮੁਤਲਕ ਅਰਜ਼ ਕਰਕੇ, ਅਤੇ ਮੈਂ ਇੱਕ ਜੁਮਲਾ ਮਸਾਹਿਬ ਦਾ ਪੜ੍ਹ ਕੇ, ਕਿਉਂਕਿ ਪੜ੍ਹਨ ਵਾਲੇ ਬਹੁਤ ਕਾਫੀ ਹਨ ਹਜ਼ਰਾਤ, ਇਸ ਵਾਸਤੇ ਸਾਰੇ ਆਪਣਾ ਆਪਣਾ ਵਕਤ ਪੜ੍ਹਿਆ। ਮੈਂ ਜਿਹੜਾ ਫਰਮਾਨ ਪੜ੍ਹਿਆ ਹੈ ਹਜ਼ੂਰ ਦਾ, ਉਹ ਮੇਰੀ ਕੌਮ ਦਿਆਂ ਬਾਲਾਂ ਨੂੰ ਵੀ ਯਾਦ ਹੈ। ਹੁਬੋ ਅਲੀ ਅਨ ਇਬਾਦਾ, ਇਹ ਯਾਦ ਕਿ ਨਹੀਂ ਮਾਨਾ, ਮੇਰੇ ਭਰਾ ਅਲੀ ਦੀ ਮੁਹੱਬਤ ਰੱਖਣੀ ਇਬਾਦਤ। ਜਿਹੜੇ ਬੰਦੇ ਇਹ ਹਦੀਸ ਸੁਣਦੇ ਰਹਿੰਦੇ ਨੇ ਜਾਂ ਪੜ੍ਹਦੇ ਰਹਿੰਦੇ ਨੇ, ਉਹਨਾਂ ਦੇ ਗਲਤ ਜ਼ਿਹਨ 'ਚ ਆ ਗਈ ਉਹ ਸੀ ਜੋ ਮੈਂ ਇਹ ਹਦੀਸ ਦਾ ਆਖਰੀ ਹਿੱਸਾ ਪੜ੍ਹਿਆ। ਇਹ ਆਖਰੀ ਹਿੱਸਾ, ਪਹਿਲਾ ਹਿੱਸਾ ਹਦੀਸ ਦਾ ਹੈ, ਅਨ ਨਜ਼ਰੋ ਇਲਾ ਵਜਹੇ ਅਲੀ ਇਬਨ ਅਬੀ ਤਾਲਿਬ ਇਬਾਦਾ, ਮੇਰੇ ਭਰਾ ਅਲੀ ਦਾ ਚਿਹਰਾ ਵੇਖਣਾ ਇਬਾਦਤ। ਅੱਛਾ, ਜਿਸ ਵੇਲੇ ਹਜ਼ੂਰ ਨੇ ਇਹ ਫਰਮਾਇਆ ਨਾ ਕਿ ਮੇਰੇ ਭਾਈ ਅਲੀ ਦਾ ਚਿਹਰਾ ਵੇਖਣਾ ਇਬਾਦਤ, ਉਸ ਵੇਲੇ ਜਨਾਬ ਸਲਮਾਨ ਉੱਠੇ, ਪਹੁੰਚ ਗਏ ਹੋ ਨਾ ਸਾਰੇ, ਔਰ ਤੁਸੀਂ ਹੈਰਾਨ ਹੋ ਸੋ ਜਨਾਬ ਸਲਮਾਨ ਦੀ ਮਜ਼ਾਰ ਮਦਾਇਨ ਵਿੱਚ ਜਵਾਨ ਸਾਰੇ ਤਕਰੀਬਨ ਬੈਠੇ ਹੋ, ਵੇਖ ਹੀ ਆਉਂਦੇ ਹੋ ਮਦਾਇਨ ਟੈਕਸੀ ਸਟੈਂਡ 'ਤੇ ਲੱਥਿਆਂ। ਮੈਂ ਚ ਪੁੱਛਿਆ ਉੱਥੋਂ ਮਦਾਇਨ ਦੇ ਇੱਕ ਬੰਦੇ ਤੋਂ, ਮੈਂ ਕਿਹਾ ਮਜ਼ਾਰ ਜਨਾਬ ਸਲਮਾਨ ਫਾਰਸੀ ਕੁਜਾਸ, ਸਲਮਾਨ ਫਾਰਸੀ ਦੀ ਮਜ਼ਾਰ ਨੂੰ ਕਿਹੜਾ ਰਾਹ ਵਹਿੰਦਾ?
ਉਹ ਜ਼ਮਾਨਾ ਨੂੰ ਹਾਜੀ ਸਦੇਂਦੇ ਨੇ ਇਰਾਕ ਵਾਲੇ ਹਾਜੀ ਉਹ ਤਾਂ ਮੇਰੇ ਨਾਲ ਚੰਗਾ ਭਲਾ ਕਵੜੀ ਪਿਆ ਅਤੇ ਮੈਨੂੰ ਗੁੱਸੇ ਨਾਲ ਵੇਖ ਕੇ ਆਖਣ ਲੱਗਾ ਹਾਜੀ ਤੂੰ ਚਿਰਾ ਬੇਗੋਈ ਸਲਮਾਨ ਫਾਰਦੀ ਤੂੰ ਬੇਗੋ ਸਲਮਾਨ ਪਾਕ ਮੈਂ ਸਲਮਾਨ ਫਾਰਦੀ ਕਿਉਂ ਆਖਿਆ ਤੂੰ ਆਖ ਸਲਮਾਨ ਪਾਕ ਯਾਨੀ ਉਸ ਮਕਾਮ 'ਤੇ ਪਾਕਾਂ ਪਹੁੰਚਾਇਆ ਇਹ ਉੱਠੇ ਜਨਾਬ ਸਲਮਾਨ ਇੰਨਾ ਅਰਦ ਕੀਤੀ ਮੌਲਾ ਇਹ ਇਬਾਦਤ ਤਾਂ ਉਹ ਬੰਦਾ ਕਰੇ ਸੀ ਜਿਹੜਾ ਅਲੀ ਦਾ ਚਿਹਰਾ ਵੇਖ ਅਤੇ ਇੱਕ ਬੰਦਾ ਜੰਮਦਾ ਹੀ ਬਾਅਦ 'ਚ ਪਿਆ ਕਈ ਸੌ ਸਾਲ ਬਾਅਦ ਪਾਕਿਸਤਾਨ 'ਚ ਹਿੰਦੁਸਤਾਨ 'ਚ ਅਤੇ ਜਨਾਬ ਅਮੀਰ ਪਹਿਲੇ ਦੁਨੀਆ ਤੋਂ ਬੁਰਕਾ ਵਟਾ ਗਏ ਉਹ ਤਾਂ ਮਹਰੂਮ ਰਿਹਾ ਫਰਮਾਉਂਦੇ ਨੇ ਅਗਰ ਉਸਦੀ ਨੀਅਤ ਚੰਗੀ ਹੋਵੇ ਤਾਂ ਮਹਰੂਮ ਨਾ ਰੱਖਣਾ ਬਿਸਮਿਲ੍ਲਾ ਅਤੇ ਤੁਸੀਂ ਸਾਰੇ ਜਾਣਦੇ ਬਿਸਮਿਲ੍ਲਾ ਜੀ ਹੋ ਸਾਰੇ ਜਾਣਦੇ ਹੋ ਕਿ ਗੱਲ ਮੁੱਕਦੀ ਨੀਅਤ ਦੇ ਅਲ ਅਮਾਲ ਬਿਨ ਨੀਅਤ ਹਰ ਅਮਲ ਦਾ ਤਾਲੁਕ ਨੀਅਤ ਨਾਲ ਮੈਂ ਇੱਕ ਮਿਸਾਲ ਪਿਆ ਦੇਣਾ ਰੋਜ਼ਾ ਰੱਖਿਆ ਕਈ ਵਾਰ ਤੋੜ ਚੜ੍ਹਦੇ ਨੇ ਹੁਣ ਖੈਰ ਨਾਲ ਚੰਨ ਚੜ੍ਹਾਉਣ ਵਾਲਾ ਕਿਨਾਂ ਦੀਆਂ ਤਵੀਤਾਂ ਘਬਰਾਉਂਦੀਆਂ ਪਈਆਂ ਰੋਜ਼ਾ ਰੱਖ ਕੇ ਜਿਸ ਵੇਲੇ ਦੀਗੇ ਰੋਈ ਜਿੱਥੇ ਚੌਕ ਆ ਉੱਥੇ ਵਾਂ ਖਲੋਤੋਂ ਓਏ ਹੋ ਦੋਵਾਂ ਦੋ ਕੋਲ ਆਣ ਕੇ ਪੁੱਛਿਆ ਭਾਈ ਜੀ ਖੈਰ ਤੇ ਉਹ ਜੀ ਖੈਰ ਰੋਜ਼ੇ ਤਾਂ ਅੱਗੇ ਵੀ ਰੱਖੇ ਪਰ ਜਿਹੜਾ ਅੱਜ ਰੋਜ਼ਾ ਲੱਗਾ ਹੈ ਨਾ ਉਸ ਤਾਂ ਬੰਨ ਦਿੱਤਾ ਯਾਨੀ ਇਹਨਾਂ ਨੂੰ ਪਤਾ ਲੱਗ ਵੰਜੇ ਮੈਨੂੰ ਰੋਜ਼ ਆਇਆ ਉਸ ਵੇਲੇ ਆਵਾਜ਼ ਕੁਦਰਤ ਆਉਂਦਾ ਜਿਹਨਾਂ ਨੂੰ ਦੱਸਦਾ ਪਿਆ ਸ਼ਾਮ ਨੂੰ ਉਜਰਤ ਇਨਾਂ ਤੂੰ ਮੰਗੇ ਮੇਰੇ ਕੋਲ ਕੁਝ ਨਹੀਂ ਅਗਰ ਮੇਰੇ ਵਾਸਤੇ ਤਾਂ ਰੱਖੇ ਤਾਂ ਤੂੰ ਧਾਤ ਸਰਾਜ ਬਹਿ ਕੇ ਰੱਖ ਤਾਂ ਮੈਂ ਤਾਂ ਤੇਰੀ ਸ਼ਾਹ ਰੱਗ ਤੂੰ ਨੇੜੇ ਹਰ ਅਮਲ ਦਾ ਤਾਲੁਕ ਨੀਅਤ ਨੀਅਤ ਚੰਗੀ ਹੋਸ ਤਾਂ ਮੈਂ ਉਸ ਬੰਦੇ ਨੂੰ ਹੀ ਮਾਰੂੰ ਨਾ ਰੱਖਦਾ ਮੌਲਾ ਕਿਵੇਂ ਫਰਮਾਉਂਦੇ ਨੇ ਅਗਰ ਚਿਹਰਾ ਨਹੀਂ ਵੇਖ ਸਕਦਾ ਤਾਂ ਜ਼ਿਕਰੋ ਅਲੀ ਮੇਰੇ ਭਰਾ ਅਲੀ ਦਾ ਜ਼ਿਕਰ ਕਰਨਾ ਇਬਾਦਤ ਅਲੀ ਅਲੀ ਕਰਨਾ ਇਬਾਦਤ ਔਰ ਕਿਤਨੀ ਖੁਸ਼ ਕਿਸਮਤ ਹੈ ਉਹ ਕੌਮ ਤਰੇ ਦਫ਼ਾ ਵੁਜ਼ੂ ਨਾਲ ਯਾ ਅਲੀ ਆਖਿਆ ਵਾਂਗੇ ਮਾਸੂਮ ਫਰਮਾਉਂਦੇ ਨੇ ਇੱਕ ਕੁਰਾਨ ਦੇ ਖਤਮ ਦਾ ਸਵਾਬ ਮਿਲਦਾ ਕਿਹੜੀ ਖੁਸ਼ ਕਿਸਮਤੀ ਹੈ ਨਾਮ ਅਲੀ ਲੈਣਾ ਇਬਾਦਤ ਵੱਤ ਇੱਕ ਸਾਹਿਬ ਵੀ ਉੱਠੀ ਕੇ ਅਰਦ ਕੀਤੀ ਮੌਲਾ ਇਹ ਇਬਾਦਤ ਵੀ ਉਹ ਕਰੇ ਸੀ ਜਿਹੜਾ ਬੰਦਾ ਬੇਡਰ ਰੋ ਕੇ ਬਗੈਰ ਕਿਸੇ ਝਾਕੇ ਦੇ ਨਾਮ ਅਲੀ ਲੈ ਸਕਦਾ ਇੱਕ ਬੰਦਾ ਇਹੋ ਜਿਹੀ ਜਾਂ ਤੇ ਰਹਿੰਦਾ ਜਿੱਥੇ ਅਲੀ ਦੇ ਦੁਸ਼ਮਣ ਦੋਵਾਂ ਦੇ ਨਾਂ ਚਾਹੇ ਉਹ ਪਏ ਕਿਰਾੜਾਂ ਦੇ ਸਿੱਖਾਂ ਦੇ ਅੰਗਰੇਜ਼ਾਂ ਦੇ ਉਹਨਾਂ ਨੂੰ ਤਕਲੀਫ ਨਹੀਂ ਆਉਂਦੀ ਅਤੇ ਜਦੋਂ ਅਲੀ ਦਾ ਨਾਂ ਕੋਈ ਚਾਹੇ ਉਹਨਾਂ ਨੂੰ ਬਹੁਤ ਤਕਲੀਫਾਂ ਹੋਵੇਂਦੀਆਂ ਅਤੇ ਉਹ ਗਰੀਬ ਮਿਸਕੀਨ ਆਦਮੀ ਹੈ ਉਹ ਉਤਨਾ ਜ਼ਰੂਰਤ ਹੀ ਨਹੀਂ ਉਸਦੀ ਬਸ ਉਹ ਤਾਂ ਮਹਰੂਮ ਰਿਹਾ ਫਰਮਾਉਂਦੇ ਨੇ ਉਸਦੇ ਵੀ ਨੀਤਾਂ ਚੰਗੀਆਂ ਹੋਵੇਣ ਤਾਂ ਮਹਰੂਮ ਨਾ ਰੱਖਦਾ ਮੌਲਾ ਫਰਮਾਉਂਦੇ ਨੇ ਅਗਰ ਚਿਹਰਾ ਹੀ ਨਹੀਂ ਵੇਖ ਸਕਦਾ ਜ਼ਿਕਰ ਹੀ ਨਹੀਂ ਕਰ ਸਕਦਾ ਤਾਂ ਫਿਰ ਹੋਬੋ ਅਲੀ ਅੰਨੇ ਵਾਦਾ ਮੇਰੇ ਭਰਾ ਦੀ ਮੁਹੱਬਤ ਰੱਖਣੀ ਵੀ ਇਬਾਦਤ ਅਲਹਮਦੁਲਿਲਾ ਠੀਕ ਹੈ ਅਸੀਂ ਲੋਕ ਇਸ ਦੌਰ ਵਾਲੇ ਇੱਕ ਇਬਾਦਤ ਤੋਂ ਮਹਰੂਮ ਹਾਂ ਦੋ ਇਬਾਦਤਾਂ ਤਾਂ ਸਾਨੂੰ ਨਸੀਬ ਹਨ ਅਸੀਂ ਅਲੀ ਦਾ ਨਾਮ ਵੀ ਲੈ ਸਕਦੇ ਹਾਂ ਅਲੀ ਦੀ ਮੁਹੱਬਤ ਵੀ ਰੱਖਣੀ ਔਰ ਫਿਰ ਮੁਹੱਬਤ ਅਲੀ ਨੂੰ ਖਾਲਕ ਇੰਜ ਦਾ ਵਾਜਿਬ ਕਰ ਦਿੱਤਾ ਹੈ ਕਿ ਹਰ ਅਮਲ 'ਚ ਜਿਸ ਅਮਲ 'ਚ ਵਿਲਾਏ ਅਲੀ ਨਹੀਂ ਅੱਲਾ ਨੂੰ ਉਹ ਕਬੂਲ ਹੀ ਕੋਈ ਮੈਂ ਕਿਉਂ ਆਪਣੇ ਨੌਜਵਾਨ ਆਖਰੀ ਬਾਤ ਫਜ਼ਾਇਲ ਦੀ ਮੈਂ ਤਕਰੀਬਨ ਹਰ ਮਜਲਿਸ 'ਚ ਆਪਣੇ ਨੌਜਵਾਨਾਂ ਬੱਚਿਆਂ 'ਤੇ ਜ਼ੋਰ ਗਤਨਾ ਅਪੀਲ ਕਰਨਾ ਗੁਜ਼ਾਰਿਸ਼ ਕਰਨਾ ਕਿ ਪੁੱਤਰਾਂ ਉਹ ਨਮਾਜ਼ ਪੜ੍ਹੀ ਕਰੋ ਔਰ ਇਹ ਤਾਂ ਲਫ਼ਜ਼ ਹੁਣ ਮੇਰੀ ਤਾਂ ਕੌਮ ਨੂੰ ਯਾਦ ਵੀ ਹੋ ਗਏ ਆਨਾ
کہ نماز پڑھی کرو. اگر کوئی سوچیندہ بھی ہوئے بچہ کہ نماز باتے سانو زور کیوں لیندا ہے بابا ڈھکو صاحب، تو پتراؤ میں عرض کریندہ بیٹھا کہ جس نماز چ ولائے علی نہیں وہ قبول ہی نہیں. اس واسطے زور گتنا کہ جیڑا ولائے علی نہیں رکھدا وہ تو مسجد دیا تھمیاں نوں جپھے ماری پیا، جیڑا رکھدا وہ منہ نہیں کردا. پھر شیعت کسے جانور دا نام نہیں، شیعت سیرت آل محمد دا. اور جنہاں نوں روئن آئے بیٹھے ہو انہاں بہو اوکھیاں نمازاں پڑھی. زیارت نائیہ دا ہن تو ترجمہ ہو گیا، تقریباً شیعہ دے گھراں چ ہومنی چاہی دی زیارت نائیہ. بارہویں سرکار دے سلام ہیں، اور میرے امام نے سلام دیتے ہیں کتھائیں کسے مقام تے، فرمائیں دیں میرا سلام ہوئے انہاں دادیاں تے جنہاں دے ایسے زندان چ وقت گزارے نے جتھے میریاں دادیاں دے چہریاں دے رنگ تبدیل ہو گئے. کتھائیں فرمائیں دیں میرا سلام ہوئے اس دادے تے جس دی لاش تے گھوڑے بھجائے. ایک مقام تے پہ فرمائیں میں دو بہن جڑے پڑھنے او میں کھلو کے پڑھنا، ورنہ میں کدی ساری زندگی جڑے میرے جڑے بندے بیٹھے انہوں نے پتہ ہے میں کدی بہ کے پڑھیا ہی نہ. وقت وقت دی بات آتی بار صورت میں دو بہن جڑے پڑھنے او میں کھلو کے پڑھتا. اتنے پہ فرمائیں دن میرا سلام ہوئے اس دادے تے جس قیام ٹردیاں کیتا. کچھ بندے تو پہنچ گئے زندگی گزر گئی مولا دے ذکر کردے ہیں کہ ملتان میں ہم نوکری دیتی ہے، میں زندگی بھر مجلس وچ کدی نہیں آکھے میں ادھر ویکھوں، آج تک توجہ کرو میں ادھر ویکھو کدے منہ دیتی بیٹھے ہو، تیاری کرو رون دی گھر تائیں رو سو کھلو کے پیٹے سو یہ کرے سو وہ کرے سو. یہ لفاظیاں میرا یہ عقیدہ ہے کہ جڑا گھروں ٹر کے مجلس تے آ باندھا ہے وہ توجہ وچ بیٹھے، باقی رہ گئے ترلیاں نال کوئی نہیں رون ہوندا. میرا یہ نظریہ ہے کہ جتنا سانگا ہوتا ہے اتنا درد ہوتا ہے، اور کائنات دے رسول دے علم غیب تو قربان منیا جنہوں علم آ کہ کنا بندیاں میرے نواسے دے غم میں رون نہیں آنا، انہیں ترائے شکاں دتیاں ترائے. پہلی یہ مم بکا جیڑا میرے نواسے دے غم میں روئے، دوئیے اب کا کسے نو روائے، تے تریئے تبا کا رومن دی شکل بنائے، واجبت لہو الجنہ جنت تریاں تے واجب. تو اے علم غیب دی یقین ہے نا بھائی، پتہ کہ رو نہیں سکدا او شکل بنا کے جو بھائی درجہ اس دا وہ ہے جڑا رومن والے نوں. اچھا ہوں جڑے لفظ سرکار فرمائے میں ڈھیر انتظار ہی نہیں کریں دا بہت جلدی کہ میرا سلام ہوگی اس دادے تھے جس قیام ٹردیاں کیتا. یقیناً سارے نمازی بیٹھے ہو کہ جان دے ہی ہو جو قیام کیویں ہوندا ہے. ایک مقام تے کھلونا تے سجدے گاہ تے نظر رکھنی اس نو قیام آتا. تے بارہواں پیا فرمائندا ہے میرا سلام ہوئے اس دادے تے جس قیام ٹردیاں کیتا. میں نرا
ਤੇਰਿਆਂ ਜਹਿਲਾਂ ਦਾ ਹੀ ਤਾਂ ਨਾਂ ਪਿਆ ਪੜਦਾ ਜੀ ਸਮਝ ਨਹੀਂ ਤੇ ਤਰਲਿਆਂ ਦਾ ਤੇ ਆਦਿ ਮੈਂ ਕੋਈ ਨਾ ਕਿਸੇ ਐਕਟਿੰਗ ਬਣਾਵਟ ਦਾ ਮੈਂ ਆਦਿ ਮਜ਼ਲੂਮਾਂ ਦਾ ਜ਼ਿਕਰ ਆਉਂਦਾ ਹੈ ਮਜ਼ਲੂਮਾਂ ਨਾਲ ਰੰਗ ਮੈਂ ਜਿੱਥੇ ਪੈਰ ਰੱਖਾਂ ਭਾਵੇਂ ਤੈਨੂੰ ਪਾਣੀ ਸਿਮ ਆਵੇ ਮੈਂ ਕਦੀ ਪੈਰ ਹੀ ਨਹੀਂ ਹੈਗਾ ਅਤੇ ਹਰ ਨੌਜਵਾਨ ਹੀ ਸਮਝਾਉਂਦਾ ਬੈਠ ਟੁਰਦਿਆਂ ਕਿਹਾ ਫੇਰਾ ਤਾਂ ਪੜ੍ਹਦੇ ਪਏ ਨਾ ਸੂਰਤ ਫਾਤਿਹਾ ਪੇ ਪੜ੍ਹਦੇ ਨੇ ਅਤੇ ਉਦੋਂ ਕਦੋਂ ਵੀ ਚਾਹੁੰਦੇ ਅਤੇ ਸੂਰਤ ਹੀ ਪੜ੍ਹਦੇ ਬਸ ਰਕੂ ਵੀ ਇੰਨੀ ਆ ਕਦੋਂ ਵੀ ਚਾਹੁੰਦੇ ਨੇ ਅਤੇ ਸੁਬਹਾਨ ਰੱਬੇ ਜਲ ਅਜ਼ੀਮ ਮੈਂ ਕਿਉਂ ਨੌਜਵਾਨਾਂ ਬੱਚਿਆਂ ਨੂੰ ਆਦਵਾਨਾ ਤੁਹਾਡੇ ਚੌਥੇ ਇਮਾਮ ਇੰਝ ਔਖੀ ਨਮਾਜ਼ ਪੜ੍ਹਦੇ ਟੁਰਦਿਆਂ ਰਕੂ ਟੁਰਦਿਆਂ ਕਿਆਮ ਅਤੇ ਹੁਣ ਮੈਂ ਛੁਪਾਈ ਤਾਂ ਵੀ ਗੱਲ ਤਾਂ ਬਣਨੀ ਤਾਂ ਕਾਹੀ ਨਹੀਂ ਜੋ ਪਤਾ ਤਾਂ ਹਰ ਕਈ ਨੂੰ ਇਹ ਸਜਦਾ ਉਸੇ ਵੇਲੇ ਆਉਂਦਾ ਜਿਸ ਵੇਲੇ ਮਗਰੋਂ ਧੱਕਾ ਲੱਗਦਾ ਇਹ ਮੱਥਾ ਵੰਜ ਲੱਗਦਾ ਫਰਸ਼ 'ਤੇ ਉੱਥੇ ਪੜ੍ਹਦੇ ਹਾਂ ਸੁਬਹਾਨ ਰੱਬੇ ਯਲ ਆਲਾ ਜੀ ਮਿਨਹਾਨ ਇੱਕ ਸਾਹਬੀ ਹੈ ਬਸ ਮੁੱਕ ਗਈ ਬਾਤ ਹਾਂ ਸਿੱਕਾ ਨਹੀਂ ਰਹਿ ਗਈਆਂ ਹਸਰਤਾਂ ਨਹੀਂ ਢੇਰ ਪੜ੍ਹਨ ਦੀ ਤਰੀਫਾਂ ਪਿੱਛੇ ਲੱਖੇ ਸਾਨ ਉਸ ਮਜ਼ਲੂਮ ਉਸ ਮਕਾਮ 'ਤੇ ਭੈਣ ਡਰਾਵਾਂ ਪਹੁੰਚਾਇਆ ਅੱਗਾਂ ਤੋਂ ਜ਼ਾਕਰੀ ਦਾ ਤਾਂ ਉਹਦਾ ਹੀ ਕੋਈ ਸਿਵਾਏ ਮੌਤ ਮਿਨਹਾਲ ਸਾਹਬੀ ਇੱਕ ਇਮਾਮ ਦਾ ਇਹ ਬੈਠਾ ਪੁੱਛਦਾ ਹੈ ਮੌਲਾ ਤੁਹਾਨੂੰ ਢੇਰ ਤਕਲੀਫ ਕਿੱਥੇ ਹੋਈ ਹੈ ਅਸੀਂ ਅੱਗੇ ਹੇਠਾਂ ਮੂੰਹ ਕੀਤੀ ਬੈਠੇ ਹਾਂ ਅਸੀਂ ਸਿਰ ਉੱਤਾਂ ਚਾਹ ਕੇ ਫਿਰ ਮੈਂ ਦਿਨ ਸ਼ਾਮ ਤ੍ਰਾਵੀਰ ਇਹ ਦਸ ਬਸਤਾਂ ਅਰਦ ਕਰਦਾ ਹੈ ਮੌਲਾ ਬਾਬਾ ਤਾਂ ਤੁਹਾਡਾ ਕਰਬਲਾ ਸ਼ਹੀਦ ਹੋਇਆ ਵਿਰਾ ਵੀ ਤੁਹਾਡੇ ਕਰਬਲਾ ਸ਼ਹੀਦ ਹੋਏ ਚਾਚੇ ਵੀ ਕਰਬਲਾ ਦੋਸਤ ਮਹਿਮਾਨ ਇਹ ਸਾਰੇ ਤੁਹਾਡੇ ਕਰਬਲਾ ਸ਼ਹੀਦ ਹੋਏ ਨੇ ਅਤੇ ਮੌਲਾ ਰੋਂਦੇ ਸ਼ਾਮ ਦੇ ਨੂੰ ਫਿਰ ਮੈਂ ਦਿਨ ਮਿਨਹਾਲ ਮੈਨੂੰ ਸਾਰੀਆਂ ਮੌਤਾਂ ਉਸ ਵੇਲੇ ਭੁੱਲ ਗਈਆਂ ਜਦਾਂ 8 ਘੰਟਿਆਂ ਤੋਂ ਬਾਅਦ ਯਜ਼ੀਦ ਨਸ਼ੀਲੀਆਂ ਅੱਖੀ ਨਾਲ ਸੱਜੇ ਖੱਬੇ ਵੇਖਿਆ ਦਾ ਕਿਤੇ ਗਈਏ ਬਾਰੀ ਦੀ ਬਹਿਣ ਉਸ ਦਿਨ ਮੇਰਾ ਜਿਗਰ ਫਟ ਗਿਆ ਅਤੇ ਮੈਂ ਆਖਿਆ ਉਹ ਮੇਰਾ ਅੱਲਾ ਮੇਰੀ ਫੁੱਫੀ ਤਾਂ ਬਾਬੇ ਨਾਲ ਹੀ ਕਦੀ ਨਾ ਹੀ ਬੋਲੀ ਪਰ ਮੈਂ ਦਿਨ ਮਿਨਹਾਲ 2 ਕਿਆਮਤਾਂ ਆਈਆਂ ਸਾਥੀ ਬਾਜ਼ਾਰ ਸ਼ਾਮ ਵਿੱਚ ਅਤੇ ਦਰਬਾਰ ਸ਼ਾਮ ਵਿੱਚ 2 ਕਿਆਮਤਾਂ ਆਈਆਂ ਜਿਹੜੀਆਂ ਬਰਦਾਸ਼ਤ ਕੀਤੀਆਂ ਜੁਰਤ ਨਾਲ ਅੱਧਾ ਦੱਸਾ ਸਕਸੋ ਮੇਰੀ ਹੁਣ ਬੱਚਿਆਂ ਨੂੰ ਪਤਾ ਹੈ ਮੇਰੀ ਹੁਣ ਇੱਕ ਕਮਜ਼ੋਰੀ ਸਮਝੋ ਮਜਬੂਰੀ ਹਰ ਵਹਿਣ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਰੁਕਣਾ ਸਾਈ ਕੱਢਦਾ ਵੀ ਹਾਂ ਕਢਾਉਂਦਾ ਵੀ ਹਾਂ ਉਹ ਤਾਕਤ ਤਾਂ ਨਹੀਂ ਨੇ ਜਿਹੜੀ 5-5 ਮਿੰਟ ਦੀ ਹਿੱਕਾ ਨਸਰ ਆਉਂਦੀ ਹੈ ਇਸ ਵਾਸਤੇ ਆਪ ਹੀ ਕੱਢਣਾ ਸਾਈ ਅਤੇ ਕਢਾਉਂਦਾ ਵੀ ਹਾਂ ਅਤੇ ਮੌਲਾ ਇੱਥੇ ਨਾ ਤੁਸੀਂ ਉੱਥੇ ਫਰਮਾਉਂਦੇ ਹੋ 2 ਕਿਆਮਤਾਂ ਫਰਮਾਉਂਦੇ ਨੇ ਇੱਥੇ ਆਈਆਂ ਸ਼ਾਮ ਵਿੱਚ ਆਦਾ ਮੌਲਾ ਦੱਸੇ ਸੋ ਫਰਮਾਉਂਦੇ ਨੇ ਹਾਂ ਸੁਣ ਸੁਣ ਵੀ ਅਤੇ ਅੱਗਾਂ ਸਾਡਿਆਂ ਮੁਹਿੱਬਾਂ ਨੂੰ ਦੱਸੇ ਵੀ ਸਹੀ ਤਾਂ ਕਿ ਉਹ ਵੀ ਇਬਾਦਤ ਕਰਨ ਪਹਿਲੀ ਕਿਆਮਤ ਕਿਤਾਬ ਦਾ ਨਾਂ ਰਿਆਜ਼ੁਲ ਕੁਦਸ ਬਹੁਤ ਸਿੱਕਾ ਕਿਤਾਬ ਤੂੰ ਆਲੇ ਮੁਹੰਮਦ ਰਾ ਦਰ ਦਰ ਬਾਰੇ ਯਦੀਦ ਆ ਬੁਰਦੰ ਪੰਜਾਬ ਸ਼ਸ ਮਸਤੂਰ ਦਰ ਰਸਨ ਵਾਹਿਦ ਮੁਕੱਯਦਾ ਫਿਰ ਮੈਂ ਦਿਨ ਜਦਾਂ ਦਰਬਾਰ 'ਚ ਗਏ ਮੇਰੀਆਂ 56 ਮਸਤੂਰਾਂ ਇੱਕ ਰੱਸੀ 'ਚ ਕੈਦ ਆ ਇਹ ਨਾ ਦੱਸ ਸਕਦਾ ਜੋ ਰੱਸੀਆਂ ਕਿਵੇਂ ਵਧੀਆਂ ਹੋਈਆਂ ਨੌਜਵਾਨ ਬੈਠੇ ਹੋ ਸਿਆਣੇ ਬੈਠੇ ਹੋ ਰੱਸੀਆਂ ਇਸ ਰੰਗ 'ਚ ਵਧੀਆਂ ਹੋਈਆਂ ਹਨ ਆਪ ਸਮਝ ਮੰਨਿਆ ਹੈ ਕਿਉਂ ਯਕ ਨਸ਼ ਪੰਜਾਬ 5 ਨਸ਼ਿਸ਼ਤਾਂ ਜਦਾਂ ਇੱਕ ਨੂੰ ਬਾਹਣਾ ਪਵੇ ਆ ਤਾਂ 55 ਨੂੰ ਬਾਹਣਾ ਪਾਉਂਦਾ ਇੱਕ ਨੂੰ ਉਠੀਵਣਾ ਪਵੇ ਆ ਤਾਂ 55 ਨੂੰ ਉਠੀਵਣਾ ਪਾਉਂਦਾ
قالن هيك وين هور مولات الدوي دوسری قیامت اللہ اکبر چون آل محمد را در دربار یزید آورد دختر یزید بر گود یزید نشست جب دربار گیا یزید دی دی پیو دی جھولی اچ بیٹھی تین چون سالہ دی بچی ریشمی لباس پائے ہویا ایدھے ویدھی بیٹھی ہے جو نچ دے کھڑے آئیں تے ڈھول پہ وگ دے آئیں یزید دی فتح دی خوشی دے اس نو اگاں پچھاں دا پتہ کوئی نہیں بس میرے ابو نو فتح ہوئی ہے وہ ویدھی بیٹھی کافی دیر میں کھن تو بعد چون نظر کرد بر دختر حسین ایدھی ٹوٹ دیو ہی نظر حسین دی دھیتے پائے گئے او میری غیرت مند قوم جدا مٹھا تود ویدھی رہی بد نظرہ نسوں اٹھائیاں ویدھی ادائی رہی ہے معصومہ دے تے پیو دا حد چکیا ہاتھ نو چکیا دیا یا عبد علاقی بے صغیرہ تل اسیرہ بابا میں نے کی قیدے نو ملنا چاہنی لئینا دائیو قیدے نے تو شہزاد دیئے پیو نو آدھیے بھامے میں نو قتل چکر تائی میں ملسا میں نو پیاری پہ لگ دیئے ایدی بھولی یہی شکل ہے دیا کنہ نال خون کیوں لگا ہے ایدی بالا نو تا کوئی بھی نہیں قید کریں دا میں ملنا ہی ملنا ہی بلاو نے جیسے کہ بچی مجبور کیتا ہے نا جو بھاوے میں نو قتل چکل تائی میں ملسا اسے لائن مجبور ہو گیا تو آنو کرہن آدھا تو آن زد کرینی ون مل لیکن اسے بچی نو ملیں اسے نکی کہہ دین نو ملیں کسے وڈی بی بی در نہ بنیں آدھی ہے میں ملنا ہی اسے نو ہے میں نو پیاری بھی ہوا پہ لگ دی ہے میری غیرت مند کہوں یہ طاقت لگ دی ہے کہ ہو جا وقت ہو سی جدہ کنیز دی دی طاقت لہ دی پہ ہو سی کہ کائنات دیاں سازادیاں ویدیاں کریں شدی آئیے معصومہ دیکھ ہور کدائی نہیں گئی نظرت دلائے سین دے مو در ڈٹھا میری فین دے مو ادھے چکیتا اے ادھو بے کھن لگیے معصومہ نے مو ادھے چکیتا جدہ دو میری سین نہیں مو بے کھن لگیتا اپنی توہین سمجھی سین دے چولے تے اترہ کیا دیا انتے بنت الرئیس انظر کے فلا تنظر نہیں تو کہہ رئیس دی دھیئے میں تیرا موہے نہیں ہاں میں موہے کھڑی نہ ہوں دے چینا دیئے میں اس رئیس دی دھیئے جہدے کپڑے جنہ دی جوائے جہدہ مارا محمد بڑھیا جہدہ دردی جبریل بڑھیا بسم اللہ مالک تواریاں دعائیں قبول اللہ تواریاں دعائیں قبول فرماوے ایک وین ہو رہے ہیں اگر وہ نہ پڑھا تھا بخیل بنتا ایک سیکنڈ سائی کر لے نا میں بھی سائی کر لیں اور میں جس لئے پاک معصومہ فرمایا نا جو میں اس رئیس دی دھیاں جہندے کپڑے جنتی چو آئے ہیں اس لئے جہاں اندروں روبا سنا وہ شہانہ وہ نکل گیا وقت جھکی گلنتے آگئی وقت جی میں بچے بچے مل دیں نا ایک دوینوں توڑا روز دا تجربہ ہے بچیاں ملنے اکٹھیاں مار لے دیاں تو بات وہ ایک دونے دیتے دیاں میری امی میری بات پہ آئے سوٹ آن دا ہے میری امی آئے شاہ آن دیئے میں دی آن دیئے بچیاں میں دعا دیں میرے امی باپڑے اببے کپڑے آن دیں یہ ہن ہے اے بھی چون سالہ نہیں اگو بچی معصومہ اور یزید بھی دھی بھی چون سالہ نہیں ہن وہ بچیاں علی گل اس پائی لائیو یا ہتھاں تے میں دی یزید دی دھی شین در دو ہاتھ کیتے معصومہ در دو دستم پر ہنا بھی دکھتہ روائے اور نکی کہہ دیں گٹھائی میرے ہاتھیں تے میں دی تیرے کیڑے سونے ہاتھیں تو ہی لائیں چہنا دیا دو دستم پر خضابم دکھتہ روائے لا میں پیو دی رات نال میں دی تو میں پھر آما دی رات نال میں دی Thank you.
بات ہے. اچھا آخری ایک بینڈ, ایک میری ہور سائی کڈو, ایک آخری بینڈ سن لو تو پھر میں دعا دیاں گا. جسے سین فرمایا نہیں کپڑے میرے تو پیو دے دردی اتوں آئے جنہ پچوں آئے ہوں وت اسے بچپانا لے گئے اس پائے ہوئے اس یمنی دور کنا یمنی دور دوراں تے ہاتھ رکھے اس تے ادو معصوما دے ڈٹھا نکی کہہ دین دورے در گوش من یمنی تو دیدا نکی کہہ دین ڈٹھے میرے کنا جی یمنی دور سونے پہ لگ دین اپنے پیو نو اکھیا بنوا دے ویا تھینا دے دو دستاں پر ہیڑا گزارے بابا اے دل کا